ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਬਾਰੇ ਦੱਸਣ ਜਾ ਰਹੀ ਹਾਂ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਨੂੰ ਹੋਇਆ। ਉਹਨਾਂ ਦੇ ਪਿਤਾ ਜੀ ਦਾ ਨਾਂ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਸੀ ਅਤੇ ਉਹਨਾਂ ਦੇ ਮਾਤਾ ਜੀ ਦਾ ਨਾਂ ਬੇਬੇ ਨਾਨਕੀ ਸੀ। ਉਹਨੂੰ ਹਿੰਦ ਦੀ ਚਾਦਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਉਹ ਸਿੱਖਾਂ ਦੇ 9ਵੇਂ ਗੁਰੂ ਸਨ। ਹੁਣ ਮੈਂ ਕਵਿਤਾ ਬੋਲਣ ਜਾ ਰਹੀ ਹਾਂ। ਦੁਨੀਆਂ ਵਿੱਚ ਜਿਸ ਦਾ ਕੋਈ ਨਹੀਂ ਸਿਆਣੀ ਉਸ ਗੁਰੂ ਲਸਾਨੀ ਦੀ ਗੱਲ ਕਰੀਏ ਅੰਮ੍ਰਿਤ ਵਿੱਚ ਜਿਨ੍ਹਾਂ ਦਾ ਜਨਮ ਹੋਇਆ ਉਸ ਬ੍ਰਹਿਮ ਗਿਆਨੀ ਦੀ ਗੱਲ ਕਰੀਏ ਛੇਵੇਂ ਗੁਰੂਆਂ ਦਾ ਲਾਡਲਾ ਸੀ ਜੋ ਉਸ ਅੰਤਰ ਧਿਆਨੀ ਦੀ ਗੱਲ ਕਰੀਏ ਦਿੱਤੀ ਗਈ ਜੋ ਚਾਂਦਨੀ ਚੌਕ ਅੰਦਰ ਉਸ ਪਵਨ ਕੁਰਬਾਨੀ ਦੀ ਗੱਲ ਕਰੀਏ ਹਰਗੋਬਿੰਦ ਗੁਰੂ ਦੇ ਪੁੱਤਰ ਤੇਗ ਬਹਾਦਰ ਪਿਆਰੇ ਮਾਤਾ ਸਾਹਿਬ ਨਾਨਕੀ ਜੀ ਦੇ ਰੁਸਨ ਅੱਖੀ ਤਾਰੇ ਧਰਮੀ ਰੂਪ ਨਾਲ ਪੁੱਤਰ ਪਿਆਰਾ ਪੂਰਾ ਉਹਦਾ ਡਿੱਠਾ ਰੱਖ ਦਿੱਤਾ ਗੁਰੂ ਤੇਗ ਬਹਾਦਰ ਨਾਮ ਪਿਆਰਾ ਡਿੱਠਾ ਜ਼ੁਲਮਾਂ ਦੀ ਸੀ ਬੜੀ ਸਤਾਈ ਚਲ ਕੇ ਗੁਰੂ ਦੇ ਸ਼ਰਨੀ ਆਈ ਕਹਿੰਦੇ ਹੋਇਆ ਬੜਾ ਅਨਾਦਰ ਕੌਣ ਬਣੂ ਹੁਣ ਹਿੰਦ ਦੀ ਚਾਦਰ ਕੋਲ ਖੜਾ ਸੀ ਬਾਲ ਨਿਆਣਾ ਪਰ ਬੋਲਿਆ ਉਹ ਬੜਾ ਸਿਆਣਾ ਬੋਲਿਆ ਮਹਾਰਾਜ ਜੀ ਦੱਸੋ ਤੁਹਾਥੋਂ ਵੱਡਾ ਕੌਣ ਬਹਾਦਰ ਤੁਸੀਂ ਹੀ ਬਣ ਜਾਓ ਹਿੰਦ ਦੀ ਚਾਦਰ ਦੁਨੀਆਂ ਵਿੱਚ ਜਿਸਦਾ ਕੋਈ ਨਹੀਂ ਲਸਾਨੀ ਅੰਮ੍ਰਿਤ ਵਿੱਚ ਜਿਨ੍ਹਾਂ ਦਾ ਜਨਮ ਹੋਇਆ ਉਸ ਬ੍ਰਹਿਮ ਗਿਆਨੀ ਦੀ ਗੱਲ ਕਰੀਏ ਛੇਵੇਂ ਗੁਰਾਂ ਦਾ ਲਾਡਲਾ ਸੀ ਜੋ ਉਸੇ ਅੰਤਰ ਧਿਆਨੀ ਦੀ ਗੱਲ ਕਰੀਏ ਦਿੱਤੀ ਗਈ ਜੋ ਚਾਂਦਨੀ ਚੌਕ ਅੰਦਰ ਉਸ ਪਵਨ ਕੁਰਬਾਨੀ ਦੀ ਗੱਲ ਕਰੀਏ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਦੇ ਪੁੱਤਰ ਤੇਗ ਬਹਾਦਰ ਪਿਆਰੇ ਮਾਤਾ ਸਾਹਿਬ ਨਾਨਕੀ ਜੀ ਦੇ ਰੁੱਛਣ ਅੱਖੀ ਤਾਰੇ ਧਰਮੀ ਰੂਪ ਵਿੱਚ ਪੁੱਤਰ ਪਿਆਰਾ ਪੂਰਾ ਉਹਦਾ ਡਿੱਠਾ ਰੱਖ ਦਿੱਤਾ ਗੁਰੂ ਤੇਗ ਬਹਾਦਰ ਨਾਮ ਪਿਆਰਾ ਡਿੱਠਾ ਜ਼ੁਲਮਾਂ ਦੀ ਸੀ ਬੜੀ ਸਤਾਈ ਚਲ ਕੇ ਗੁਰੂ ਦੇ ਸ਼ਰਨੀ ਆਈ ਕਹਿੰਦੇ ਹੋਏ ਬੜਾ ਅਨਾਦਰ ਕੌਣ ਬਣੂ ਹੁਣ ਹਿੰਦ ਦੀ ਚਾਦਰ ਕੋਲ ਖੜਾ ਸੀ ਬਾਲ ਨਿਆਣਾ ਪਰ ਬੋਲਿਆ ਉਹ ਬੜਾ ਸਿਆਣਾ ਬੋਲਿਆ ਮਹਾਰਾਜ ਜੀ ਦੱਸੋ ਤੁਹਾਥੋਂ ਵੱਡਾ ਕੌਣ ਬਹਾਦਰ ਤੁਸੀਂ ਹੀ ਬਣ ਜਾਓ ਹਿੰਦੀ ਚਾਦਰ।